ਤੁਸੀਂ ਦੇਖ ਰਹੇ ਹੋ ਏਬੀਪੀ ਸਾਂਝਾ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾਵਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਫੈਲ ਰਹੀਆਂ ਸੀ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਟਾ ਕੇ ਉਹਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ ਤੇ ਨਵਾਂ ਜਿਹੜਾ ਜਥੇਦਾਰ ਉਹ ਥਾਪਿਆ ਜਾਵੇਗਾ, ਤਾਂ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ 20 ਮਈ ਨੂੰ SGPC ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੈ, ਤਾਂ ਇਸ ਦੇ ਵਿੱਚ ਕਈ ਫੈਸਲੇ ਜਿਹੜੇ ਹੋਣਗੇ। ਤਾਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਬਤ ਕੀ ਤੱਥ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ SGPC ਜਨਰਲ ਸੈਕਟਰੀ ਗੁਰਚਰਨ ਸਿੰਘ ਗਰੇਵਾਲ। ਗਰੇਵਾਲ ਸਾਹਿਬ, ਕੀ ਇਹਦੇ ਵਿੱਚ ਤੱਥ ਕੀ ਨੇ ਵੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਜਥੇਦਾਰ ਸਾਹਿਬ ਨੂੰ ਹਟਾਉਣ ਬਾਰੇ? ਇਹਦੇ ਵਿੱਚ ਕੋਈ ਤੱਥ ਨਹੀਂ ਹੈ। ਇੱਕ ਕਿਸੇ ਕਾਰਨ ਕਰਕੇ, ਕੋਈ ਕਿਸੇ ਸਿਆਸੀ ਆਗੂ ਦੇ ਘਰੇ ਜਾਣ ਕਰਕੇ ਕੋਈ ਕਿਸੇ ਤਰ੍ਹਾਂ ਦਾ ਸਿਆਸੀ ਲੋਕਾਂ ਨੇ ਵਿਵਾਦ ਲੈ ਕੇ ਆਉਂਦਾ, ਮੈਨੂੰ ਲੱਗਦਾ ਇਹੋ ਜਿਹੀ ਕੋਈ ਗੱਲ ਨਹੀਂ। ਜਥੇਦਾਰ ਸਾਹਿਬ ਬਹੁਤ ਸਤਿਕਾਰਯੋਗ ਨੇ। ਪਿਛਲੇ ਲੰਬੇ ਸਮੇਂ ਤੋਂ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੇ ਹੋਣ ਦੇ ਤੌਰ ਤੇ ਉਹਨਾਂ ਨੇ ਮਾਣ ਮਰਿਆਦਾ ਦਾ ਬਹੁਤ ਵੱਡਾ, ਜਿਵੇਂ ਕਹਿੰਦੇ, ਸਨਮਾਨ ਪ੍ਰਾਪਤ ਕੀਤਾ। ਬੜੇ ਬੜੇ, ਜਿਵੇਂ ਕਹਿੰਦੇ, ਵੱਡੀਆਂ ਗੱਲਾਂ ਜੇ ਕਹਿ ਲਓ ਵੀ ਦੇਸ਼ ਦੀ ਸਰਕਾਰ, ਸੂਬੇ ਦੀਆਂ ਸਰਕਾਰਾਂ, ਅਕਾਲੀ ਦਲ ਜਾਂ SGPC ਆ, ਸਭ ਨੂੰ ਉਹਨਾਂ ਨੇ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਬੜਾ ਅੱਛਾ ਰੋਲ ਅਦਾ ਕਰ ਰਹੇ, ਅਸੀਂ ਕੋਈ ਗੱਲ ਨਹੀਂ, ਇਹ ਸਿਰਫ ਵਿਵਾਦ ਪੈਦਾ ਕੀਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦਾ ਬਹੁਤ ਉਹਨਾਂ ਦੇ ਮਨ ਚ, ਧਾਮੀ ਸਾਹਿਬ ਦੇ ਮਨ ਚ ਵੱਡਾ ਰਿਕਾਰਡ ਆ, ਸੋ ਸ਼੍ਰੋਮਣੀ ਕਮੇਟੀ ਸਤਿਕਾਰ ਕਰਦੀ ਜਥੇਦਾਰ ਸਾਹਿਬ ਦਾ। ਇਹ ਸਿਰਫ ਐਵੇਂ ਬੇਲੋੜਾ ਵਿਵਾਦ ਖੜਾ ਕੀਤਾ ਗਿਆ, ਜਿਹੜੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਉਂਕਿ ਮੀਟਿੰਗ ਜਿਹੜੀ ਆ ਉਹ ਮੀਟਿੰਗ ਤਾਂ ਸਾਡੀ ਹਰ ਮਹੀਨੇ ਹੋਣੀ ਹੁੰਦੀ ਆ, ਕਿਉਂਕਿ ਮੀਟਿੰਗ ਦੇ ਨਾਲ ਹੀ ਸਾਰਾ ਸ਼੍ਰੋਮਣੀ ਕਮੇਟੀ ਦਾ ਸਾਰਾ ਸਿਸਟਮ ਜਿਹੜਾ ਵਾ ਚੱਲਦਾ ਵਾ। ਸੋ ਇਹ ਗੱਲ ਹੈਗੀ ਆ ਕਿ ਜਿਹੜੇ ਪਿਛਲੇ ਦਿਨਾਂ 'ਚ ਹਾਲਾਤ ਬਣੇ ਆ, ਕੋਈ ਧਮਾਕਾ ਹੋ ਗਿਆ, ਕੁਛ ਹੋਰ ਹੋ ਗਿਆ ਜਾਂ ਸਾਰੇ ਹੋ ਰਹੇ ਆ, ਉਹਦੇ ਬਾਰੇ ਜ਼ਰੂਰ ਅਸੀਂ ਗੱਲ ਕਰਾਂਗੇ। ਇੱਕ ਪਾਸੇ ਤੁਸੀਂ ਪਹਿਲੇ ਬਾਈਟ ਦੇ ਵਿੱਚ ਗੱਲ ਕੀਤੀ ਸੀ ਵੀ ਜੇਕਰ ਸਾਡੀ ਕਿਸੇ ਨਾਲ ਨਾਰਾਜ਼ਗੀ ਹੋਵੇਗੀ ਤੇ ਅਸੀਂ ਉਸ ਬੰਦੇ ਨੂੰ ਹਟਾ ਤਾਂ ਨਹੀਂ ਦੇਵਾਂਗੇ, ਇਸ ਦਾ ਥੋੜਾ ਜਿਹਾ ਕਲੀਅਰ ਕਰ ਦਿਓ। ਨਹੀਂ, ਮੇਰੇ ਮਨ 'ਚ ਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸਤਿਕਾਰ ਆ, ਉਹਨਾਂ ਨੂੰ ਮੈਂ ਕਿਸੇ ਮੀਡੀਆ 'ਚ ਜਾ ਕੇ ਕੋਈ ਟਿਕਾ ਟਿੱਪਣੀ ਨਹੀਂ ਕਰ ਸਕਦਾ। ਜਥੇਦਾਰ ਸਾਹਿਬ ਨਾਲ ਪੂਰੀ ਵਾਰਤਾਲਾਪ ਆ, ਜੋ ਕੁਛ ਪਿਛਲੇ ਸਮੇਂ 'ਚ ਹੁੰਦਾ ਰਿਹਾ ਜਾਂ ਅਗਾਂਹ ਵੀ ਹੋਊਗਾ, ਉਹ ਵਿਚਾਰ ਵਟਾਂਦਰਾ ਕਰਕੇ ਹੋਇਆ।